ਤੇ ਮੈਂ ਵਾਪਸ ਚਲਾ ਜਾਵਾਂ। 50 ਨਮਾਜ਼ਾਂ ਦਾ ਤੋਹਫਾ ਲੈ ਜਾਓ। ਕਿੰਨੀਆਂ? 50 ਨਮਾਜ਼ਾਂ ਦਾ ਤੋਹਫਾ ਲੈ ਜਾਓ ਮੇਰੇ ਆਕਾ। 50 ਨਮਾਜ਼ਾਂ ਦਾ ਤੋਹਫਾ ਲੈ ਕੇ ਜਦੋਂ ਵਾਪਸ ਲੋਟੇ, 6ਵੇਂ ਆਸਮਾਨ ਤੇ ਹਜ਼ਰਤ ਮੂਸਾ ਮਿਲੇ। ਉਹਨੇ ਫਰਮਾਇਆ ਕੀ ਮਿਲੇ? ਆਖੇ 50 ਨਮਾਜ਼ਾਂ। ਆਖੇ ਮੇਰੀ ਉਮਰ ਤੇ ਦੋ ਫਰਜ਼ ਸਨ, ਦੋ ਨਹੀਂ ਸਨ ਪੜ੍ਹਦੇ, ਇਹ 50 ਕਿੰਨੇ ਪੜ੍ਹਨੀਆਂ? ਵਾਪਸ ਜਾਓ। ਹਜ਼ੂਰ ਅੱਲਾਹ ਦੇ ਦੀਦਾਰ ਵਿੱਚ ਐਸਾ ਮਗਨ ਸਨ ਬਈ, ਆਪ ਵੀ ਤੇ ਕਹਿ ਸਕਦੇ ਸਨ ਨਾ ਜੀ ਥੋੜੀਆਂ ਘਟਾ ਦਿਓ, ਪਰ ਨਹੀਂ। ਹਜ਼ੂਰ ਅੱਲਾਹ ਦੇ ਦੀਦਾਰ ਵਿੱਚ ਵਾਪਸ ਆ ਰਹੇ। ਮੂਸਾ ਵਰਮਾ ਵਾਪਸ ਜੋ ਅੱਗੇ ਤੇ ਅੱਲਾਹ ਨੇ ਫਰਮਾਇਆ ਜੀ ਚਲੋ 45 ਲੈ ਜਾਓ, 5 ਮਾਫ ਨੇ। ਵਾਪਸ ਆਏ ਤੇ ਮੂਸਾ ਫਿਰ ਭੇਜਿਆ 6ਵੇਂ ਆਸਮਾਨ ਤੋਂ ਵਾਪਸ ਜਾਓ। ਫਿਰ ਗਏ, ਅੱਲਾਹ ਫਰਮਾ ਚਲੋ 40 ਲੈ ਜਾਓ, 5 ਮਾਫ। ਹਜ਼ਰਤ ਮੂਸਾ ਨੇ 9 ਵਾਰੀ ਭੇਜਿਆ, ਮੇਰੇ ਨਬੀ 9 ਵਾਰੀ ਵਾਪਸ ਗਏ। ਹਰ ਚੱਕਰ ਤੇ ਹਰ ਫੇਰੇ ਤੇ ਅੱਲਾ ਨੇ 5 ਨਮਾਜ਼ਾਂ ਮਾਫ ਕੀਤੀਆਂ। ਮੈਂ ਚੰਦ ਸਵਾਲ ਛੱਡਣ ਲੱਗਾ, ਫਿਰ ਜਵਾਬ ਵੀ ਦੇਣਾ। ਹਜ਼ਰਤ ਮੂਸਾ ਬੈਠੇ ਨੇ 6ਵੇਂ ਆਸਮਾਨ ਤੇ, ਹਜ਼ੂਰ 7ਵਾਂ ਗੁਜ਼ਰ ਕੇ ਆ ਰਹੇ ਨੇ। ਉਹ ਜਿਹੜੇ 7ਵੇਂ ਆਸਮਾਨ ਤੇ ਨਬੀ ਬੈਠੇ ਉਹ ਨਹੀਂ ਸਨ ਵਾਪਸ ਭੇਜ ਸਕਦੇ, ਇਹ 6ਵੇਂ ਵਾਲੇ ਕਿਉਂ ਪੇ ਭੇਜਦੇ ਨੇ? ਇੱਕ ਨੰਬਰ ਦੋ, ਅੱਲਾ ਨੂੰ ਨਹੀਂ ਸੀ ਪਤਾ ਕਿ ਨਮਾਜ਼ਾਂ 5 ਰਹਿ ਜਾਣੀਆਂ, ਉਹਨੇ 50 ਕਿਉਂ ਦਿੱਤੀਆਂ? ਜਦੋਂ ਪਤਾ ਬਾਕੀ 5 ਹੀ ਰਹਿ ਜਾਣੇ, ਤੇ ਜੇ 50 ਦੇ ਦਿੱਤੀਆਂ ਤੇ ਮਾਫ ਕਰਨੀਆਂ ਸਨ 45, ਤੇ ਇੱਕੋ ਚੱਕਰ 'ਚ 45 ਮਾਫ ਕਰ ਦਿੰਦੇ, ਇਹ 9 ਚੱਕਰ ਕਿਉਂ ਲਗਵਾਏ ਤੇ ਹਰ ਚੱਕਰ 'ਚ 5 ਹੀ ਮਾਫ ਕਿਉਂ ਕੀਤੀਆਂ? ਬਾਈ ਇੱਕ ਚੱਕਰ ਵਿੱਚ ਵੀ ਤੇ 45 ਮਾਫ ਹੋ ਸਕਦੀਆਂ ਸਨ ਨਾ। ਆਓ ਨੌਜਵਾਨੋ, 9 ਤੋਂ ਬੜਾ ਅਦਦ ਕੋਈ ਨਹੀਂ ਕਾਇਨਾਤ ਦੇ ਅੰਦਰ। ਪੜ੍ਹੇ ਲਿਖੇ ਨੌਜਵਾਨ ਤਸ਼ਰੀਫ ਆਉਂਦੇ, 1 ਤੋਂ ਲੈ ਕੇ 9 ਤੱਕ ਚਲੇ ਜਾਓ। ਅਹਲੇ ਇਲਮ ਨੇ ਦੱਸਿਆ ਕਿ 9 ਤੋਂ ਬੜਾ ਕਾਇਨਾਤ 'ਚ ਅਦਦ ਹੀ ਕੋਈ ਨਹੀਂ, ਕਿਉਂਕਿ 9 ਤੋਂ ਬਾਅਦ 10 ਆਉਂਦਾ ਤੇ 10 ਵਿੱਚ ਕੀ ਹੈ? 1 ਤੇ 0, ਇਹ ਉਹ ਹੀ 1 ਤੇ ਉਹ ਹੀ 0 ਜਿਹੜਾ ਪਹਿਲੇ ਗੁਜ਼ਰਿਆ ਸੀ। ਅੱਗੇ 11 ਆ ਜਾਂਦੇ, ਫਿਰ 1 ਤੇ 1, ਇਹ ਉਹ ਹੀ 1 ਜਿਹੜਾ ਫਿਰ ਪਿੱਛੇ ਗੁਜ਼ਰਿਆ ਸੀ। ਜਦੋਂ 19 ਤੇ ਆਏ ਅੱਗੇ ਫਿਰ ਵੀ, ਤੇ 20 ਦੇ ਨਾਲ 0 ਤੇ 0 ਵੀ ਪਹਿਲੇ ਆਇਆ ਤੇ 2 ਵੀ ਪਹਿਲੇ ਆਇਆ ਸੀ। ਅਰਬਾਂ ਖਰਬਾਂ ਦੀ ਗਿਣਤੀ ਗਿਣ ਕੇ ਵੇਖ ਲਓ, 9 ਤੋਂ ਬਾਅਦ ਤੁਹਾਨੂੰ ਵਾਪਸ 0 ਤੇ 1 ਵੱਲ ਆਉਣਾ ਪਵੇਗਾ। ਪਤਾ ਲੱਗਿਆ 9 ਤੋਂ ਵੱਡਾ ਅਦਦ ਕੋਈ ਨਹੀਂ। ਉਸ ਨਬੀ ਤੇ ਦਰੂਦ ਭੇਜਿਆ ਕਰ, ਤੇਰਾ ਨਬੀ ਤੈਨੂੰ ਜਾਨ ਛੁਡਾਉਣ ਵਾਸਤੇ ਦੋਜ਼ਖ ਤੋਂ ਤੇ ਤੇਰੀ ਬਖਸ਼ਿਸ਼ ਵਾਸਤੇ ਆਖਰੀ ਹੱਦ ਤੱਕ ਰੱਬ ਨੂੰ ਮਨਾ ਕੇ ਆਇਆ, ਆਖਰੀ ਹੱਦ ਤੱਕ ਮੇਰਾ ਨਬੀ ਮਨਾ ਕੇ ਆਇਆ ਰੱਬ। ਇਹ ਮੂਸਾ ਹੀ ਕਿਉਂ ਭੇਜਦੇ ਤੇ ਹਰ ਚੱਕਰ 'ਚ 5 ਨਮਾਜ਼ਾਂ ਕਿਉਂ ਮਾਫ ਹੋ ਰਹੀਆਂ? ਨੌਜਵਾਨ ਹਜ਼ਰਤ ਮੂਸਾ ਨੇ ਕੋਹੇ ਤੂਰ ਤੇ 9 ਵਾਰੀ ਆਖਿਆ ਸੀ, ਰੱਬੀ ਆ ਰਹੇ ਨੀ, 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 9 ਵਾਰੀ ਆਖਿਆ ਸੀ। ਅੱਲਾ ਜਲਵਾ ਵੀ ਖਾ, ਜਲਵਾ ਵੀ ਖਾ, ਅੱਲਾ ਵੀ 9 ਵਾਰੀ ਫਰਮਾ, ਲੰਤਰਾ ਨੀ ਤੂੰ ਨਹੀਂ ਵੇਖ ਸਕਦਾ। ਜਦੋਂ ਮਿਰਾਜ ਦੀ ਰਾਤ ਆਈ, ਅੱਲਾ ਨੇ ਫਰਮਾ ਮੂਸਾ ਤੂੰ 9 ਵਾਰੀ ਆਖਿਆ ਸੀ, ਜਲਵਾ ਵੀ ਖਾ, ਜ 6ਵੇਂ ਆਸਮਾਨ ਤੇ ਬਹਿ ਜਾ, ਮੈਂ 50 ਨਮਾਜ਼ਾਂ ਦੇ ਕੇ ਭੇਜਾਂਗਾ, ਤੂੰ ਮੇਰੇ ਵੱਲ ਭੇਜਦਾ ਰਹੀ, ਮੈਂ 5 ਮਾਫ ਕਰਕੇ ਤੇਰੇ ਵੱਲ ਭੇਜਦਾ ਰਵਾਂਗਾ, ਉਹ ਮੈਨੂੰ ਵੇਖਦਾ ਰਵੇਗਾ, ਤੂੰ ਉਹਨੂੰ ਵੇਖਦਾ ਰਹੀ, ਤੂੰ ਉਹਨੂੰ ਵੇਖਦਾ ਰਹੀ, ਮੈਂ ਉਹਨੂੰ ਵੇਖਦਾ ਰਵਾਂ। ਕੰਮ ਤੁਹਾਡਾ ਵੀ ਬਣ ਜਾਏਗਾ। ਸੁਭਾਨ ਅੱਲਾਹ, 5 ਰਹਿ ਗਏ। ਅੱਲਾਹ ਫਰਮਾ ਸੋਹਣਿਆ ਸੀ, ਫਰਮਾਇਆ ਰੱਖ ਲਿਆ 5 ਤੁਸੀਂ ਲੈ ਜਾਓ, ਤੇ ਗੁਲਾਮਾਂ ਨੂੰ ਕਿਹਾ ਜੇ 5-5 ਪੜ੍ਹ ਕੇ ਭੇਜਦੇ ਰਿਹਾ ਜੇ, ਅਸੀਂ 0 ਲਗਾ ਕੇ 50-50 ਬਣਾ ਕੇ ਰੱਖਦੇ ਰਵਾਂਗੇ, ਆ 50-25 ਦੇ ਦੇਵਾਂਗੇ। ਆ ਜਿਹੜੇ ਬੇਲੀ ਕਹਿੰਦੇ ਨੇ ਇੱਕ ਚੱਕਰ ਹੋਰ ਮਾਰ ਆਉਂਦੇ, ਨਬੀ ਕਰੀਮ ਅਲੈਹ ਸਲਾਤੁ ਵਸਲਾਮ ਨੇ ਵੀ ਫਰਮਾਇਆ ਕਿ ਮੈਂ ਇੱਕ ਚੱਕਰ, ਹਜ਼ਰਤ ਮੂਸਾ ਨੇ ਆਖਿਆ ਸੀ ਫਿਰ ਜਾਓ, 5 ਰਹਿ ਗਈਆਂ ਅਜੇ ਵੀ ਜਾਓ। ਹਜ਼ੂਰ ਨੇ ਫਰਮਾਇਆ ਟੁਰ ਜਾਵਾਂ ਤੇ ਮਾਫ ਉਹਨਾਂ ਵੀ ਕਰ ਦੇਣੀਆਂ, ਪਰ ਮੈਨੂੰ ਰੱਬ ਕੋਲ ਹਯਾ ਆਉਂਦੀ ਹੈ। ਅੱਲਾ ਕਹਿਣਾ ਸੋਹਣਿਆ, ਮੈਂ 50 ਦੀਆਂ 5 ਕਰ ਦਿੱਤੀਆਂ, ਤੇਰੇ ਗੁਲਾਮਾਂ ਕੋਲ 5 ਵੀ ਨਹੀਂ ਪੜੀਆਂ ਜਾਂਦੀਆਂ।
میرے نبی تے رب کولو حیا کر جاون، تینوں نبی کولو حیا نہیں آؤ گی، تو پنج بھی نہ پڑھ، پجا دی جگہ پنج کروا دیتی، اج بھی نہ پڑھے تو تینوں نبی تو حیا نہیں آتی، کیڑا منہ لے کے حضور دی بارگاہ چ جاویں گا؟